ਭਾਜਾ ਨੇ ਕਿਹਾ ਕਿ ਜੇ ਗ੍ਰਿਫਤਾਰੀਆਂ ਨਾ ਆਈਆਂ ਤੇ ਆਪਾਂ ਇਸ ਤੋਂ ਵੱਡਾ ਵੀ ਧਰਨਾ ਲਾਵਾਂਗੇ, ਰਸਤੇ ਰੋਕਾਂਗੇ। ਹੋਰ ਤੁਸੀਂ ਖੁਦ ਦੇਖ ਸਕਦੇ ਹੋ ਵਾਲਮੀਕੀ ਜੀ ਉੱਤੇ ਇੱਕ ਹਫ਼ਤਾ ਚਲਾਈ ਗਈਆਂ, ਰਾਤੀ 11:30 ਵਜੇ ਰਸਤੇ ਰੋਕੇ ਗਏ ਆ, ਗੱਡੀਆਂ ਗੁੱਡੀਆਂ ਤੋੜੀਆਂ, ਮਕਾਨ ਦੇ ਬੂਹੇ ਮਾਇਰ ਦੀਆਂ ਤੋੜੀਆਂ ਗਈਆਂ। ਮਗਰ ਕਹਿੰਦੇ 100 ਰੁਪਏ ਬੰਦਾ ਖਾਈ, ਜਿਹਨਾਂ ਦੇ ਜੋ ਨਾਲ ਖਾਏ ਗਏ ਆ ਗਾਣੀਆਂ 'ਚ, ਬਾਕੀ ਨਾਲ ਨਹੀਂ ਖਾਏ। ਬਾਕੀ ਹੁਣ ਕਹਿੰਦੇ ਗ੍ਰਿਫਤਾਰੀਆਂ ਉੱਥੇ ਉਹਦੇ ਪਰਚਾ ਹੈਗਾ। ਹੁਣ ਗੱਲ ਕੀਤੀਏ DSP ਆਇਆ, SP ਆਇਆ, ਉਹਨਾਂ ਨਾਲ ਗੱਲ ਕੀਤੀ, SHO ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ। ਆਪਾਂ ਤਾਂ ਦੇਖੋ ਗੱਲ ਪਤਾ ਕੀ ਆ, ਕੱਲ੍ਹ ਦੀਵਾਲੀ ਦਾ ਤਿਉਹਾਰ ਹੀ, ਸਾਰੇ ਆਪਾਂ ਆਪਣੇ ਰਿਸ਼ਤੇਦਾਰਾਂ 'ਚੋਂ ਜਾਂ ਆਪਣੀ ਦੀਵਾਲੀ ਮਨਾ ਰਹੇ। ਕੁਛ ਲੜਕੇ ਜਿਹੜੇ ਵੀ ਗਏ ਅਣਪਛਾਤੇ, ਜਾਂ ਕੁਛ ਜਿਹੜੇ ਕੁਛ ਲੜਕੇ ਕੀ, ਕਿਉਂਕਿ ਘੱਟੋ ਘੱਟ 100-150 ਮੁੰਡਾ, ਅਤੇ ਜਿਹੜੇ ਕਿ ਸਾਡੇ ਮੁਹੱਲੇ ਆਣ ਕੇ ਉਹਨਾਂ ਨੇ ਮੰਦਿਰ 'ਚ ਉਹਨਾਂ ਨੇ ਇੱਟਾਂ ਰੋੜੇ, ਬੋਤਲਾਂ ਅਤੇ ਮਹਾਰਾਜ ਦੀ ਮੂਰਤੀ ਵੀ ਖੰਡਿਤ ਕਹਿੰਦੇ ਕਰਤੀ ਆ, ਅਤੇ ਮੁਹੱਲੇ ਦੇ ਸਾਰੇ ਬੂਹੇ ਬਾਰੀਏ ਸ਼ੀਸ਼ੇ ਤੋੜ ਕੇ ਉਹ ਬੜੇ ਇੰਨਾ ਕਿ ਉਹਨਾਂ ਨੇ ਬੇਅਦਬੀ ਕੀਤੀ ਮੰਦਿਰ ਦੀ, ਇੰਨੇ ਕੁ ਸ਼ੀਸ਼ੇ ਮੁਹੱਲੇ ਦੇ ਉਹਨਾਂ ਤੋੜੇ, ਇੱਟਾਂ ਬੋਤਲਾਂ ਚਲਾਈਆਂ, ਕੋਈ ਵੀ ਉੱਥੇ ਦੁਰਘਟਨਾ ਹੋ ਸਕਦੀ ਸੀ। ਇਸ ਕਰਕੇ ਆਪਾਂ ਪੂਰਾ ਮੁਹੱਲਾ, ਵਾਲਮੀਕ ਮੁਹੱਲਾ ਅਤੇ ਵਾਲਮੀਕ ਸਮਾਜ, ਸਾਰੇ ਸ਼ਹਿਰ 'ਚੋਂ ਸਾਨੂੰ ਇਹ ਆਵਾਜ਼ ਆ ਰਹੀ ਆ ਵੀ ਦੱਸੋ ਆਪਾਂ ਕੀ ਇਹਦਾ ਕਰਨਾ। ਜੇ ਇਹ ਪ੍ਰਸ਼ਾਸਨ ਵੱਲੋਂ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਨਾ ਹੋਈਆਂ ਅਤੇ ਆਉਣ ਵਾਲੇ ਸਮੇਂ 'ਚ ਇਹਦੇ ਸਿੱਟੇ ਬੜੇ ਭਿਆਨਕ ਨਿਕਲਣਗੇ। ਇਹ ਬੇਅਦਬੀ ਦਾ ਮਾਮਲਾ ਆ, ਪੂਰੇ ਮੁਹੱਲੇ ਦੇ ਸ਼ੀਸ਼ੇ ਤੋੜੇ ਗਏ 100-150 ਮੁੰਡੇ ਵੱਲੋਂ। ਕੱਲ੍ਹ ਨੂੰ ਕੋਈ ਵੀ ਇੱਥੇ ਵਾਰਦਾਤ ਹੋ ਜਾਂਦੀ ਜਾਂ ਕੋਈ ਦੁਰਘਟਨਾ ਭਾਰੀ ਵੀ ਹੋ ਸਕਦੀ ਸੀ, ਹੋਰ ਇਸ ਤੋਂ ਵੱਡੀ ਵੀ, ਕੋਈ ਜਾਨੀ ਮਾਲੀ ਮਾਲ ਦਾ ਨੁਕਸਾਨ ਵੀ ਹੋ ਸਕਦਾ ਸੀ। ਇਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹਦੇ ਸਿੱਟੇ ਬੜੇ ਮਾੜੇ ਨਿਕਲਣਗੇ। ਮੈਂ ਨਿੱਕੀ ਗੱਲ ਪੁੱਛਣਾ ਚਾਹੁੰਦਾ, ਜਿਵੇਂ ਰਾਤੀ ਤੋੜਵਣ ਹੋਈ, ਦਿਵਾਲੀ ਸੀ, ਕਿਉਂਕਿ ਉਹਦੇ ਰਿਪੋਰਟ ਨਹੀਂ ਲਿਖਾਈ, ਉਸ ਟਾਈਮ ਪੁਲਿਸ ਨਹੀਂ ਆਈ। ਪੁਲਿਸ ਵੀ ਆਪਾਂ ਇਹਨਾਂ ਨੇ ਕਾਰਵਾਈ ਪਾਈ ਮੁਹੱਲੇਦਾਰਾਂ ਨੇ ਜਾ ਕੇ, ਪਰ ਪੁਲਿਸ ਹੁਣ ਇਸੇ ਹਾਥੀਗੜ ਚੌਂਕ 'ਚ ਧਰਨਾ ਲੱਗਾ ਆ, ਉਸ 'ਤੇ ਸਾਨੂੰ ਵਿਸ਼ਵਾਸ ਦਿਵਾ ਰਹੀ ਆ ਵੀ ਉਹ ਬੰਦਿਆਂ ਦੀ ਗ੍ਰਿਫਤਾਰੀ ਆਪਾਂ ਜਲਦੀ ਜਲਦੀ ਕਰ ਲੈਂਦੇ ਹਾਂ। ਇਹ ਜੇ ਪੁਲਿਸ ਨੇ ਗ੍ਰਿਫਤਾਰੀ ਨਾ ਕੀਤੀ, ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ। ਹੁਣ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ? ਸਰਕਾਰ ਕੋਲ ਇਹੋ ਮੰਗ ਕਰਦੇ ਹਾਂ ਵੀ ਉਹਨਾਂ ਦੀ ਗ੍ਰਿਫਤਾਰੀ ਜਲਦੀ ਜਲਦੀ ਹੋਵੇ। ਦੇਖੋ ਸਰ, ਚੱਕਰ ਇਸ ਕਰਕੇ ਲਗਾਇਆ ਗਿਆ, ਦੀਵਾਲੀ ਰਾਤ ਬੱਚੇ ਕੋਈ ਬਾਹਰ ਆਪਸ 'ਚ ਲੜਾਈ ਹੋਈ ਹੈ, ਲੜਾਈ ਇਹਨਾਂ ਦੀ ਆਪਸ ਵਿੱਚ ਪਤਾ ਨਹੀਂ ਕਿਸ ਗੱਲ ਤੋਂ ਹੋਈ ਹੈ, ਕੋਈ ਖਾਸ ਲੜਾਈ ਨਹੀਂ, ਕੋਈ ਜਾਤੀ ਦੁਸ਼ਮਣੀ ਨਹੀਂ ਇਹਨਾਂ ਦੀ, ਔਰ ਇਹਨਾਂ ਦੇ ਆਪਸ ਦੇ ਵਿੱਚ ਮਾਮੂਲੀ ਲੜਾਈ ਕਰਕੇ, ਔਰ ਬਰਾਦਰੀ ਵਾਲਮੀਕ ਸਮਾਜ ਦੇ ਬੱਚੇ ਸੀ ਜਿਹਨਾਂ ਨੇ 150 ਬੰਦਿਆਂ ਨੇ ਹਮਲਾ ਕੀਤਾ, ਔਰ ਜਿਹਨਾਂ ਦੇ ਵਿੱਚ ਸਿਆਣੇ ਵੀ ਆ ਅਤੇ ਔਰ ਕਾਫੀ ਨੌਜਵਾਨ ਵੀ ਆ, ਔਰ ਉਹਨਾਂ ਨੇ ਗੁੰਡਾਗਰਦੀ ਦਾ ਉਹ ਕਾ ਕੰਚ ਤੋੜੇ ਆ, ਵਾਲਮੀਕਿ ਮਹਾਰਾਜ ਦੀ ਮੂਰਤੀ 'ਤੇ ਇੱਟਾਂ ਪੱਥਰ ਚਲਾਏ ਆ, ਔਰ ਸ਼ਵਾਲਾ ਤੋੜਿਆ ਵਾ ਸ਼ਿਵਜੀ ਮਹਾਰਾਜ ਦਾ, ਔਰ ਜਿਹਦੇ ਕਰਕੇ ਔਰਤਾਂ 'ਤੇ ਹਮਲਾ ਹੋਇਆ, ਦੀਵੇ ਜਗਾ ਰਹੀਆਂ ਸੀ, ਪੂਜਾ ਅਰਚਨਾ ਮਾਂ ਲਕਸ਼ਮੀ ਦੀ ਕਰਦੀਆਂ ਪਈਆਂ ਸੀ, ਇਹਨਾਂ ਨੇ ਹਮਲਾ ਕੀਤਾ ਹੈ, ਔਰ ਅਸੀਂ ਕਹਿੰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਕੋਈ ਪਹਿਚਾਣ ਹੈ ਕਿ ਨਾ ਹੈਗਾ ਕੋਈ? ਜਿਸ ਬੱਚਿਆਂ ਨਾਲ ਝਗੜੇ ਹੋਏ ਆ ਉਹਨਾਂ ਨੇ ਅੱਗੇ ਵੀ ਮੀਡੀਆ ਵਾਲੇ ਵੀਰਾਂ ਨੂੰ ਦੱਸਿਆ ਵਾ, ਔਰ ਉਹ ਚਾਂਪਾ ਦਾ ਕੋਈ ਜੂਸ ਦੀ ਰੇਹੜੀਆਂ ਲਾਉਂਦੇ ਆ ਪ੍ਰਜਾਪਤ ਬਰਾਦਰੀ ਦੇ ਲੋਕ। ਜੇ ਸਰਕਾਰ ਕੁਝ ਕਾਰਵਾਈ ਨਹੀਂ ਕਰੇਗੀ ਕੁਝ ਹੀ ਕਰੋਗੇ? ਆਲ ਇੰਡੀਆ ਦੇ ਧਰਨੇ ਹੋਣਗੇ, ਫਿਰ ਪੰਜਾਬ ਲੈਵਲ 'ਤੇ ਗੱਲਾਂ ਚੱਲਣਗੀਆਂ, ਜਿਹੜੀਆਂ ਵੀ ਸਾਡੀਆਂ ਜਥੇਬੰਦੀਆਂ ਵਾ ਵਾਲਮੀਕਿ ਸਮਾਜ ਦੀਆਂ ਜਾਂ ਮਜਬੀ ਸਿੰਘ ਸਮਾਜ ਦੀਆਂ, ਔਰ ਵੀ ਜਥੇਬੰਦੀਆਂ SC ST ਭਗਤ ਸਮਾਜ ਦੀ, ਰਵਿਦਾਸ ਸਮਾਜ ਦੀਆਂ, ਜਾਂ ਜਿਹੜੇ ਸਾਡੇ ਨਾਲ ਕੋਈ ਬ੍ਰਾਹਮਣ ਸਭਾ ਦੇ ਲੋਕ ਵੀ ਚੱਲਦੇ ਨੇ, ਉਹ ਵੀ ਸਾਡਾ ਸਾਥ ਦੇਣਗੇ, ਕਿਉਂਕਿ ਵਾਲਮੀਕ ਮਹਾਰਾਜ ਜਿਹੜੇ ਆ ਉਹ ਬ੍ਰਾਹਮਣਾਂ ਤੋਂ ਅਲੱਗ ਨਹੀਂ ਹੈ, ਉਹਨਾਂ ਦੀ ਮੂਰਤੀ ਤੋੜਨਾ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਹਿੰਦੂਆਂ ਦੀਆਂ ਕਿਉਂ ਮੂਰਤੀਆਂ ਤੋੜੀਆਂ ਜਾਂਦੀਆਂ, ਮੰਦਰ ਕਿਉਂ ਤੋੜੇ ਜਾਂਦੇ ਆ, ਬਾਕੀ ਕਿਉਂ ਨਹੀਂ ਹੁੰਦੇ? ਹਿੰਦੂਆਂ ਦੇ ਮੰਦਰ ਇਸ ਕਰਕੇ ਤੋੜੇ ਜਾਂਦੇ, ਹਿੰਦੂਆਂ ਦਾ ਇਕੱਠ ਨਹੀਂ ਹੈ, ਹਿੰਦੂਆਂ 'ਚ ਏਕਤਾ ਨਹੀਂ ਹੈ, ਇਹਨਾਂ 'ਚ ਬਲ ਨਹੀਂ ਹੈ, ਔਰ ਇਸ ਕਰਕੇ ਇਹੋ ਜਿਹੇ ਸ਼ਰਾਰਤੀ ਜਿਹੜੇ ਤੱਤੂ ਹੈ ਨਾ, ਜਿਹੜੇ ਅੰਤਕ ਬੁਲਾਉਂਦੇ ਨੇ, ਇਸ ਕਰਕੇ ਹਿੰਦੂਆਂ ਦੀਆਂ ਮੂਰਤੀਆਂ ਦੇ ਹਮਲੇ ਕਰਦੇ। ਅੱਜ ਜਿਵੇਂ ਤੁਸੀਂ ਅੱਜ ਖਲੋਤੇ ਹੋ, ਧਰਨਾ ਲਾਇਆ ਹੈ, ਜਿਵੇਂ ਹਿੰਦੂਆਂ ਦੀ ਤੋੜੀ ਗਈ ਮੂਰਤੀਆਂ ਤੋੜੀਆਂ ਤੁਸੀਂ ਕਹਿਣ ਦੇ ਹੋ, ਜਿਵੇਂ ਹਰ ਕੁਛ ਕੀਤਾ ਗਿਆ, ਮਗਰ ਇਹ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਹੈ? ਕਿਉਂ ਸਰਕਾਰ ਸੁੱਤੀ ਹੋਈ ਹੈ? ਸਰਕਾਰ ਨਕੰਮੀ ਹੈ, ਸਰਕਾਰ ਨਕੰਮੀ ਹੈ, ਸਰਕਾਰ ਨਕੰਮੀ ਹੈ, ਔਰ ਨਕੰਮੀ ਹੈ ਤਾਂ ਪ੍ਰਸ਼ਾਸਨ ਢਿੱਲੀ ਹੈ। ਕੋਈ ਰਿਪੋਰਟ ਕਰਾਈ ਤੁਸੀਂ ਥਾਣੇ ਕੋਈ? ਹਾਂਜੀ, SHO ਗੁਰਮੀਤ ਸਿੰਘ ਜਿਹੜਾ ਵਾ ਕੋਤਵਾਲੀ ਦੇ, ਉਹਨੂੰ ਅਸੀਂ ਆਪਣੇ ਲੈਟਰ ਪੈਡ 'ਤੇ ਲਿਖ ਕੇ ਦਿੱਤਾ ਹੈ, ਜੇ ਮੰਗ ਨਾ, ਉਹਨਾਂ 'ਤੇ ਕੋਈ ਪੋਲੀਟੀਕਲ ਪ੍ਰੈਸ਼ਰ ਹੋਏਗਾ, ਕੋਈ ਰਾਜਨੀਤਿਕ ਪ੍ਰੈਸ਼ਰ ਹੋਏਗਾ, ਪਤਾ ਨਹੀਂ ਕਿਹੜੇ ਲੀਡਰਾਂ ਦੇ ਪਿੱਛੇ ਲੱਗ ਕੇ ਉਹ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਪਈ? ਹੁਣ ਜਿਵੇਂ ਅੱਜ ਜਿਵੇਂ ਤੁਸੀਂ ਰਾਹ ਰੋਕਿਆ ਹੋਇਆ, ਅਤੇ ਜਿਵੇਂ ਅੱਗੋਂ ਕਾਰਵਾਈ ਨਹੀਂ ਕਰਦੇ, ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਪਏ ਹੋ? ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਅਸੀਂ ਸਰਕਾਰ ਬਦਲਣਾ ਚਾਹਾਂਗੇ ਆਉਣ ਵਾਲੇ ਇਲੈਕਸ਼ਨਾਂ 'ਚ, ਇਹੋ ਜਿਹੀ ਸਰਕਾਰ ਨਕੰਮੀ ਨਹੀਂ ਚਾਹੀਦੀ ਜੋ ਜਿਹੜਾ ਵਾ ਧਾਰਮਿਕ ਦਾ ਸਾਥ ਨਾ ਦੇਵੇ। ਜੇ ਕੈਪਟਨ ਸਰਕਾਰ ਹੈਗੀ, ਕੈਪਟਨ ਸਰਕਾਰ ਨੇ ਅੱਜ ਤੱਕ ਕੀਤਾ ਕੀ ਹੈ ਦੱਸੋ ਨਾ?
कैप्टन सरकार की मैं कोई किसी सरकार की निंदा नहीं करता, किसी की चुगली नहीं करता। जो भी कार्रवाई है वो इस मूर्ति के उत्ते करन, बनदी कार्रवाई करवाउन। मैं मौजूदा सरकार नूं मंग करदा वा, और हमेशा ही दलितां ने कांग्रेस सरकार का ही साथ दिता, और यह करती पई है सरकार पोलिटिकल प्रैशर बना के, और जेड़े मुजरम आ उन्हां नूं पनाह दे रही है, उन्हां नूं जेलां च बंद किया जाए। अजे तक कोई गिरफ्तारी नहीं हुई? हाले तक कोई गिरफ्तारी नहीं हुई। रात के मुजरम सरेआम घूमन दे और पिस्टलां लिया के घूमते पे। कोई फायर भी किया? कोई फायर भी होया जी। अच्छा, पैरों के निशान भी है, कांच शीशे बारियां टुटे हैं, बच्चियां बुढ़िया ने सारे ने बड़ी मुश्किल जान बचाई है। किन्ने बजे होया? एक तकरीबन राती 11:30 बजे, जब औरतें दीपमाला कर रही दिवाली की। हाँ जी भाई जी, ढाडा नाम की जी? मनीष कुमार जी। मनीष कुमार जी, तुम्हें पता है।